ਚੋਰਾਂ ਦੇ ਵੱਲੋਂ ਹੁਣ ਬੱਚਿਆਂ ਦੀ ਵੀ ਸਾਈਕਲ ਨੂੰ ਨਹੀਂ ਬਖਸ਼ਿਆ ਜਾ ਰਿਹਾ। ਘਰ ਦੇ ਬਾਹਰ ਖੜ੍ਹੀ ਸਾਈਕਲ ਜੋ ਹੈ ਉਹ ਚੋਰੀ ਕਰ ਲਈ ਹੈ। ਤਾਂ ਦੱਸ ਦਈਏ ਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਗਲੀ ਦੇ ਵਿੱਚ ਪੈਦਲ ਤੁਰਿਆ ਆਉਂਦਾ ਹੈ ਅਤੇ ਘਰ ਦੇ ਬਾਹਰ ਖੜ੍ਹੇ ਸਾਈਕਲ ਨੂੰ ਚੱਕ ਕੇ ਬੜੀ ਆਰਾਮ ਨਾਲ ਉਸਨੂੰ ਚਲਾਉਂਦਾ ਹੋਇਆ ਲੈ ਕੇ ਫਰਾਰ ਹੋ ਜਾਂਦਾ ਹੈ ਅਤੇ ਘਟਨਾ ਕੋਲ ਹੀ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਤਾਂ ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇਹਨਾਂ ਦਿਨਾਂ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਬੇਖੌਫ ਹੋ ਕੇ ਚਿੱਟੇ ਦਿਨ ਹੀ ਉਹਨਾਂ ਦੇ ਵੱਲੋਂ ਸਾਈਕਲ ਚੋਰੀ ਕੀਤਾ ਗਿਆ, ਉਹ ਵੀ ਘਰ ਦੇ ਬਾਹਰ ਖੜ੍ਹਾ। ਤਾਂ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ 14 ਸਾਲ ਦੇ ਬੇਟੇ ਨੂੰ ਇਹ ਸਾਈਕਲ ਇੱਕ ਵਿਅਕਤੀ ਦੇ ਵੱਲੋਂ ਖਰੀਦ ਕੇ ਦਿੱਤਾ ਗਿਆ ਸੀ। 3,000 ਰੁਪਏ ਇਸ ਦੀ ਕੀਮਤ ਲਗਾਈ ਗਈ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਸਨੂੰ ਘਰ ਬਾਹਰ ਖੜ੍ਹਾ ਕੀਤਾ ਤਾਂ ਇੱਕ ਚੋਰ ਜੋ ਬੜੇ ਆਰਾਮ ਨਾਲ ਤੁਰ ਕੇ ਆਉਂਦਾ ਅਤੇ ਆਉਂਦੇ ਸਾਰ ਹੀ ਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਅਤੇ ਘਟਨਾ ਕੋਲ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਦੱਸ ਦਈਏ ਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਬੱਚਾ ਸਾਈਕਲ ਚੁੱਕਣ ਦੇ ਲਈ ਘਰ ਦੇ ਬਾਹਰ ਆਉਂਦਾ ਪਰ ਸਾਈਕਲ ਆਪਣੀ ਥਾਂ 'ਤੇ ਨਹੀਂ ਹੁੰਦੀ, ਜਿਸ ਤੋਂ ਬਾਅਦ ਉਹ ਬੱਚਾ ਜਾ ਕੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਦਾ ਅਤੇ ਜਦੋਂ ਆਲੇ ਦੁਆਲੇ ਦੀ CCTV ਚੈੱਕ ਕੀਤੀ ਜਾਂਦੀ ਹੈ ਤਾਂ ਘਟਨਾ ਉਸ ਦੇ ਵਿੱਚ ਸਾਫ਼ ਹੋ ਜਾਂਦੀ ਹੈ। ਚੋਰਾਂ ਦੇ ਵੱਲੋਂ ਹੁਣ ਬੱਚਿਆਂ ਦੀ ਵੀ ਸਾਈਕਲ ਨੂੰ ਨਹੀਂ ਬਖਸ਼ਿਆ ਜਾ ਰਿਹਾ। ਘਰ ਦੇ ਬਾਹਰ ਖੜ੍ਹੀ ਸਾਈਕਲ ਜੋ ਹੈ ਉਹ ਚੋਰੀ ਕਰ ਲਈ ਹੈ। ਤਾਂ ਦੱਸ ਦਈਏ ਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਗਲੀ ਦੇ ਵਿੱਚ ਪੈਦਲ ਤੁਰਿਆ ਆਉਂਦਾ ਅਤੇ ਘਰ ਦੇ ਬਾਹਰ ਖੜ੍ਹੇ ਸਾਈਕਲ ਨੂੰ ਚੱਕ ਕੇ ਬੜੀ ਆਰਾਮ ਨਾਲ ਉਸਨੂੰ ਚਲਾਉਂਦਾ ਹੋਇਆ ਲੈ ਕੇ ਫਰਾਰ ਹੋ ਜਾਂਦਾ ਅਤੇ ਘਟਨਾ ਕੋਲ ਹੀ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਤਾਂ ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇਹਨਾਂ ਦਿਨਾਂ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਬੇਖੌਫ ਹੋ ਕੇ ਚਿੱਟੇ ਦਿਨ ਹੀ ਉਹਨਾਂ ਦੇ ਵੱਲੋਂ ਸਾਈਕਲ ਚੋਰੀ ਕੀਤਾ ਗਿਆ, ਉਹ ਵੀ ਘਰ ਦੇ ਬਾਹਰ ਖੜ੍ਹਾ। ਤਾਂ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ 14 ਸਾਲ ਦੇ ਬੇਟੇ ਨੂੰ ਇਹ ਸਾਈਕਲ ਇੱਕ ਵਿਅਕਤੀ ਦੇ ਵੱਲੋਂ ਖਰੀਦ ਕੇ ਦਿੱਤਾ ਗਿਆ ਸੀ। 3,000 ਰੁਪਏ ਇਸ ਦੀ ਕੀਮਤ ਲਗਾਈ ਗਈ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਸਨੂੰ ਘਰ ਬਾਹਰ ਖੜ੍ਹਾ ਕੀਤਾ ਤਾਂ ਇੱਕ ਚੋਰ ਜੋ ਬੜੇ ਆਰਾਮ ਨਾਲ ਤੁਰ ਕੇ ਆਉਂਦਾ ਅਤੇ ਆਉਂਦੇ ਸਾਰ ਹੀ ਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦਾ ਅਤੇ ਘਟਨਾ ਕੋਲ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਦੱਸ ਦਈਏ ਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਬੱਚਾ ਸਾਈਕਲ ਚੁੱਕਣ ਦੇ ਲਈ ਘਰ ਦੇ ਬਾਹਰ ਆਉਂਦਾ ਪਰ ਸਾਈਕਲ ਆਪਣੀ ਥਾਂ 'ਤੇ ਨਹੀਂ ਹੁੰਦੀ, ਜਿਸ ਤੋਂ ਬਾਅਦ ਉਹ ਬੱਚਾ ਜਾ ਕੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਦਾ ਹੈ ਅਤੇ ਜਦੋਂ ਆਲੇ ਦੁਆਲੇ ਦੀ CCTV ਚੈੱਕ ਕੀਤੀ ਜਾਂਦੀ ਹੈ ਤਾਂ ਘਟਨਾ ਉਸ ਦੇ ਵਿੱਚ ਸਾਫ਼ ਹੋ ਜਾਂਦੀ ਹੈ।